ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਬੱਚਿਓ, ਕਿਵੇਂ ਹੋ? ਆਸ ਕਰਦੀ ਹਾਂ ਤੁਸੀਂ ਘਰੇ ਸਾਰੇ ਠੀਕ ਹੋਵੋਗੇ, ਆਪਦਾ ਮਨ ਲਾ ਕੇ ਪੜ੍ਹ ਰਹੇ ਹੋ। ਸੋ ਅੱਜ ਮੈਂ ਜਮਾਤ 8ਵੀਂ ਦਾ ਪਾਠ ਨੰਬਰ ਲੈ ਕੇ ਆਈ ਹਾਂ 11। ਆਪਣੇ ਇਸ ਤੋਂ ਪਹਿਲਾਂ 10 ਪਾਠ ਹੋ ਚੁੱਕੇ ਹੈ। ਅੱਜ ਦਾ ਪਾਠ ਹੈ, ਇਸ ਦਾ ਨਾਮ ਹੈ ਬਾਂਦਰ ਦੀ ਚਲਾਕੀ। ਨਦੀ ਦੇ ਨੇੜੇ ਹੀ ਪਾਣੀ ਦਾ ਟੋਭਾ ਸੀ, ਇੱਕ ਪਾਸੇ ਬਿਜਲੀ ਦਾ ਖੰਭਾ, ਇੱਕ ਤਿਲੀਅਰ ਰੋਜ਼ ਟੋਭੇ ਦੇ ਕੋਲ ਬਿਜਲੀ ਦੀ ਤਾਰ ਉੱਤੇ ਆ ਬੈਠਦਾ। ਟੋਭੇ ਵਿਚਲੀਆਂ ਨਿੱਕੀਆਂ ਨਿੱਕੀਆਂ ਮੱਛੀਆਂ ਵੱਲ ਵੇਖਦਾ ਰਹਿੰਦਾ। ਨਦੀ ਦੇ ਨੇੜੇ ਇੱਕ ਪਾਣੀ ਦਾ ਟੋਭਾ, ਯਾਨੀ ਟੋਭਾ ਕਿਹਨੂੰ ਕਹਿੰਦੇ ਆ? ਛੋਟਾ ਜਿਹਾ ਤਲਾਬ ਜਿੱਥੇ ਪਾਣੀ ਹੋਵੇ। ਤੇ ਉਹਦੇ ਇੱਕ ਪਾਸੇ ਕੀ ਸੀ? ਬਿਜਲੀ ਵਾਲਾ ਖੰਭਾ, ਠੀਕ ਹੈ, ਇੱਕ ਤਿਲੀਅਰ, ਪੰਛੀ ਇੱਕ, ਠੀਕ ਹੈ। ਰੋਜ਼ ਉਹਦੇ ਕੋਲੇ ਕੀ ਹੈ, ਟੋਭੇ ਕੋਲ ਜਿਹੜਾ ਬਿਜਲੀ ਦਾ ਖੰਭਾ ਸੀਗਾ ਉਹਦੇ ਉੱਤੇ ਆ ਕੇ ਬੈਠ ਜਾਂਦਾ ਸੀਗਾ। ਤੇ ਜਿਹੜੀਆਂ ਟੋਭੇ ਵਿੱਚ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਮੱਛੀਆਂ ਸੀਗੀਆਂ ਉਹਨਾਂ ਨੂੰ ਕੀ ਕਰਦਾ? ਦੇਖਦਾ ਰਹਿੰਦਾ ਸੀ। ਉੱਥੇ ਹੀ ਇੱਕ ਰੋਜ਼, ਯਾਨੀ ਕਿ ਇੱਕ ਬਗਲਾ ਜੋ ਰੋਜ਼ ਟੋਭੇ ਤੇ ਮੱਛੀਆਂ ਖਾਣ ਆਉਂਦਾ, ਤਿਲੀਅਰ ਨੂੰ ਪਸੰਦ ਨਹੀਂ ਸੀ। ਉਹ ਹਮੇਸ਼ਾ ਇਹ ਚਾਹੁੰਦਾ ਕਿ ਨਿੱਕੀਆਂ ਨਿੱਕੀਆਂ ਮੱਛੀਆਂ ਨੂੰ ਆ ਕੇ ਕੋਈ ਤੰਗ ਨਾ ਕਰੇ ਤੇ ਆਪ ਉਹਨਾਂ ਦੀਆਂ ਖਰਮਸਤੀਆਂ ਵੇਖਦਾ ਹੀ ਰਹੇ। ਫਿਰ ਹੌਲੀ ਹੌਲੀ ਮੱਛੀਆਂ ਦਾ ਦੋਸਤ ਬਣ ਗਿਆ। ਹੁਣ ਜਦ ਵੀ ਬਗਲਾ ਆਉਂਦਾ ਤਾਂ ਉਹ ਪਹਿਲਾਂ ਮੱਛੀਆਂ ਨੂੰ ਸੂਚਿਤ ਕਰ ਦਿੰਦਾ ਤੇ ਮੱਛੀਆਂ ਟੋਭੇ ਦੇ ਹੇਠਾਂ ਚਲੀਆਂ ਜਾਂਦੀਆਂ। ਬਗਲੇ ਨੂੰ ਤਿਲੀਅਰ ਦੀ ਚਲਾਕੀ ਦਾ ਵੀ ਪਤਾ ਲੱਗ ਗਿਆ ਸੀ, ਪਰ ਉਹ ਤਿਲੀਅਰ ਦੀ ਲੰਬੀ ਚੁੰਝ ਤੋਂ ਡਰਦਾ ਸੀ। ਬਗਲਾ ਹੁਣ ਅਕਸਰ ਭੁੱਖਾ ਹੀ ਉੱਡ ਜਾਂਦਾ ਸੀ। ਐਸੇ ਜੇ ਦੱਸਿਆ ਗਿਆ ਕਿ ਇੱਕ ਨਦੀ ਦੇ ਨੇੜੇ ਇੱਕ ਪਾਣੀ ਦਾ ਟੋਭਾ ਸੀ, ਯਾਨੀ ਕਿ ਇੱਕ ਨਦੀ ਦੇ ਨੇੜੇ ਕੀ ਸੀ? ਪਾਣੀ ਦਾ ਟੋਭਾ। ਉਸ ਟੋਭੇ ਦੇ ਇੱਕ ਪਾਸੇ ਬਿਜਲੀ ਦਾ ਖੰਭਾ ਸੀ, ਠੀਕ ਹੈ। ਇੱਕ ਤਿਲੀਅਰ ਨਾਮ ਦਾ ਪੰਛੀ ਹੁੰਦਾ ਹੈ, ਉਹ ਟੋਭੇ ਦੇ ਜਿਹੜਾ ਬਿਜਲੀ ਵਾਲਾ ਖੰਭਾ ਸੀ ਇੱਕ ਪਾਸੇ, ਉੱਥੇ ਆ ਕੇ ਰੋਜ਼ ਬੈਠ ਜਾਂਦਾ। ਬੈਠਣ ਤੋਂ ਬਾਅਦ ਉਹ ਕੀ ਕਰਦਾ? ਜਿਹੜੀਆਂ ਪਾਣੀ ਵਿੱਚ ਨਿੱਕੀਆਂ ਨਿੱਕੀਆਂ ਮੱਛੀਆਂ ਸੀਗੀਆਂ, ਖੜਮਸਤੀਆਂ, ਖਰਮਸਤੀਆਂ ਕਹਿੰਦੇ ਸ਼ਰਾਰਤਾਂ ਕਰਨੀਆਂ, ਠੀਕ ਹੈ, ਉਹ ਕੀ ਕਰਦਾ? ਡੇਲੀ ਉੱਥੇ ਆ ਕੇ ਬੈਠ ਜਾਂਦਾ ਤੇ ਉਹ ਮੱਛੀਆਂ ਜਿਹੜੀਆਂ ਛੋਟੀਆਂ ਛੋਟੀਆਂ ਮੱਛੀਆਂ ਸੀ, ਖਰਮਸਤੀਆਂ, ਯਾਨੀ ਕਿ ਚਲਾਕੀਆਂ, ਖੇਲਦੀਆਂ ਸੀ ਆਪਸ ਵਿੱਚ, ਉਹਨਾਂ ਨੂੰ ਵੇਖਦਾ ਸੀ। ਉੱਥੇ ਹੀ ਉਸੇ ਟੋਭੇ ਤੇ ਇੱਕ ਕੋਣ ਆਉਂਦਾ ਸੀ, ਰੋਜ਼ ਬਗਲਾ ਆਉਂਦਾ ਸੀ। ਉਹ ਬਗਲਾ ਕੀ ਕਰਦਾ? ਮੱਛੀਆਂ ਨੂੰ ਖਾਂਦਾ ਸੀ, ਪਰ ਉਹ ਤਿਲੀਅਰ ਨੂੰ ਜਦੋਂ ਮੱਛੀਆਂ ਨੂੰ ਖਾਂਦਾ ਤਾਂ ਉਹ ਮੱਛੀਆਂ ਨੂੰ ਪਸੰਦ ਨਹੀਂ ਸੀ, ਠੀਕ ਹੈ। ਫਿਰ ਉਸ ਤੋਂ ਬਾਅਦ ਕੀ ਹੈ, ਉਹ ਹੌਲੀ ਹੌਲੀ ਉਹ ਮੱਛੀਆਂ ਨਿੱਕੀਆਂ ਮੱਛੀਆਂ ਦਾ ਕੀ ਬਣ ਗਿਆ? ਦੋਸਤ ਬਣ ਗਿਆ। ਦੋਸਤ ਬਣਨ ਤੋਂ ਬਾਅਦ ਫਿਰ ਜਦੋਂ ਵੀ ਬਗਲਾ ਮੱਛੀਆਂ ਨੂੰ ਖਾਣ ਵਾਸਤੇ ਆਉਂਦਾ ਤਾਂ ਉਹ ਉਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੰਦਾ ਕਿ ਬਗਲਾ ਆ ਗਿਆ ਹੈ। ਇਸ ਸੂਚਨਾ ਤੋਂ ਮੱਛੀਆਂ ਕੀ ਕਰਦੀਆਂ? ਪਾਣੀ ਦੇ ਅੰਦਰ ਚਲੀਆਂ ਜਾਂਦੀਆਂ। ਆਹੀ ਗੱਲ ਦਾ ਉਹਨੂੰ ਬਗਲੇ ਨੂੰ ਪਤਾ ਲੱਗ ਗਿਆ ਸੀ, ਪਰ ਫਿਰ ਵੀ ਉਹ ਕੀ ਹੈ, ਤਿਲੀਅਰ ਦੀ ਜਿਹੜੀ ਲੰਬੀ ਚੁੰਝ ਸੀ ਉਹ ਤੋਂ ਡਰਦਾ ਸੀ ਤੇ ਫਿਰ ਵੀ ਉਹ ਕੁਛ ਨਹੀਂ ਬੋਲਦਾ ਸੀ। ਇੱਕ ਦਿਨ ਉਦਾਸ ਬੈਠੇ ਬਗਲੇ ਨੂੰ ਇੱਕ ਕਾਂ ਦਿਸਿਆ। ਬਗਲਾ ਥੋੜਾ ਖੁਸ਼ ਹੋ ਗਿਆ। ਉਹਨੇ ਕਾਂ ਕੋਲ ਜਾ ਕੇ ਅਰਜ ਕੀਤੀ, ਪਿਆਸੇ ਕਾਵਾਂ, ਉਸ ਤਿਲੀਅਰ ਨੂੰ ਸਬਕ ਸਿਖਾ ਦੇਵੇ ਤਾਂ ਤੇਰਾ ਭਲਾ ਹੋ, ਉਹ ਮੇਰੀ ਰੋਜ਼ ਰੋਜ਼ੀ ਚ ਲੱਤ ਮਾਰਦਾ। ਫਿਰ ਉਹਨੂੰ ਕੀ ਹੈ, ਬਗਲੇ ਨੂੰ ਕੌਣ ਮਿਲਦਾ? ਇੱਕ ਕਾਂ ਮਿਲਦਾ ਤੇ ਉਹ ਕਾਂ ਨੂੰ ਗੱਲ ਦੱਸਦਾ ਸਾਰੀ, ਵੀ ਜੇ ਤੂੰ ਉਹ ਜਿਹੜਾ ਤਿਲੀਅਰ ਹੈ ਉਹਨੂੰ ਜੇ ਤੂੰ ਸਬਕ ਸਿਖਾ ਦੇਵੇ ਤਾਂ ਤੇਰਾ ਧੰਨਵਾਦ ਹੋਊਗਾ, ਤੇਰਾ ਭਲਾ ਹੋਊਗਾ, ਉਹ ਮੇਰੀ ਰੋਜ਼ੀ ਚ ਲੱਤ ਮਾਰਦਾ। ਮੇਰੇ ਕੋਲ ਸਮਾਂ ਹੈ ਨੀ, ਮੈਂ ਤਾਂ ਅੱਗੇ ਭੁੱਖਾ ਕਿਸੇ ਕੋਲ ਰੋਟੀ ਖੋਣ ਚੱਲਾ ਹਾਂ, ਇਹ ਕਹਿ ਕੇ ਕਾਂ ਉੱਡ ਗਿਆ। ਇੰਜ ਦੋ ਤਿੰਨ ਹੋਰ ਜਾਨਵਰ ਆਏ ਪਰ ਬਗਲੇ ਦਾ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਸੀ। ਪਰ ਕਾਂ ਕੀ ਉਹਦੀ ਮਦਦ ਨਹੀਂ ਕਰਦਾ, ਕਾਂ ਵੀ ਹੈ ਕਹਿ ਦਿੰਦਾ ਕਿ ਮੈਂ ਤਾਂ ਆਪ ਰੋਟੀ ਖੋਣ ਚੱਲਾ, ਇਹ ਕਹਿ ਕੇ ਕਾਂ ਉੱਡ ਜਾਂਦਾ। ਫਿਰ ਉਹ ਬਗਲੇ ਨੂੰ ਕੀ ਦੋ ਤਿੰਨ ਜਾਨਵਰ ਹੋਰ ਮਿਲਦੇ ਆ, ਉਹ ਵੀ ਉਹਦੀ ਗੱਲ ਨਹੀਂ ਸੁਣਦੇ। ਫਿਰ ਕੀ ਸੀ, ਕੁਝ ਚਿਰ ਬੈਠੇ ਰਹਿਣ ਤੇ ਬਗਲੇ ਨੂੰ ਟੋਭੇ ਦੇ ਇੱਕ ਪਾਸੇ ਚਿੱਕੜ ਚ ਬੈਠਾ ਕੱਛੂ ਕੁੰਮਾ ਦਿਸ ਪਿਆ। ਬਗਲੇ ਦੀਆਂ ਅੱਖਾਂ ਵਿੱਚ ਚਮਕ ਆ ਗਈ, ਉਹ ਕੱਛੂ ਕੁੰਮੇ ਦੇ ਨੇੜੇ ਜਾ ਬੋਲਿਆ, ਕੱਛੂਏ ਭਾਈ, ਇਹ ਟੋਭਾ ਤਾਂ ਤੇਰਾ ਹੈ, ਇਹਨਾਂ ਮੱਛੀਆਂ ਦਾ ਕੀ ਕੰਮ? ਉਹਨਾਂ ਨੂੰ ਕੱਢ ਦੇ। ਬਗਲੇ ਦੀ ਇਹ ਬੋਲ ਸੁਣ ਕੇ ਕੱਛੂ ਕੁੰਮਾ ਚਿੱਲਾਇਆ, ਤੂੰ ਸਾਡੇ ਭਾਈਚਾਰੇ ਚ ਵੈਰ ਪਾਉਂਦਾ, ਚੱਲ ਜਾਂ ਨਹੀਂ ਤਾਂ ਅਸੀਂ ਰਲ ਕੇ ਬੁਰਾ ਹਾਲ ਕਰਾਂਗੇ, ਕੱਛੂ ਕੁੰਮੇ ਨੇ ਬਗਲੇ ਨੂੰ ਚੇਤਾਵਨੀ ਦਿੱਤੀ। ਜਦੋਂ ਬਗਲੇ ਦੀ ਕਾਂ ਨੇ ਹੈਲਪ ਨਾ ਕੀਤੀ ਤਾਂ ਉਹਦੇ ਵਿੱਚ ਉਹਦੇ ਇੱਕ ਪਾਸੇ ਇੱਕ ਚਿੱਕੜ ਸੀ, ਚਿੱਕੜ ਵਿੱਚ ਕੌਣ ਦਿਖਿਆ ਉਹਨੂੰ? ਕੱਛੂ ਕੁੰਮਾ। ਫਿਰ ਉਹਨੂੰ ਆਏ ਸੀ, ਮੈਂ ਕੱਛੂ ਕੁੰਮੇ ਨੂੰ ਕਹਿ ਦੂੰਗਾ, ਇਹਨਾਂ ਦੀ ਆਪਸ ਵਿੱਚ ਲੜਾਈ ਕਰਾ ਦੂੰਗਾ ਤੇ ਕੱਛੂ ਕੁੰਮਾ ਕੀ ਹੈ ਮੱਛੀਆਂ ਨੂੰ ਬਾਹਰ ਕੱਢ ਦੂੰਗਾ। ਪਰ ਜਦੋਂ ਕੱਛੂ ਇਹਨੂੰ ਇਹ ਜਾ ਕੇ ਕਹਿੰਦਾ ਕਿ ਇਹ ਤਾਂ ਤੇਰਾ ਹੈ ਤਲਾਬ ਤੇ ਮੱਛੀਆਂ ਇੱਥੇ ਕੀ ਕਰਦੀਆਂ, ਪਰ ਕੱਛੂ ਕੁੰਮਾ ਉਹਦੀ ਇੱਕ ਨਹੀਂ ਸੁਣਦਾ। ਉਹ ਕੀ ਕਹਿੰਦਾ ਕਿ ਤੂੰ ਸਾਡੇ ਚ ਵੈਰ ਪਵਾਉਣਾ ਹੈ, ਜੇ ਅਸੀਂ ਸਾਰੇ ਰਲ ਗਏ ਤਾਂ ਤੇਰਾ ਬੁਰਾ ਹਾਲ ਕਰ ਦਾਂਗੇ। ਫਿਰ ਉਹ ਉੱਥੋਂ ਵੀ ਚਲਾ ਜਾਂਦਾ ਹੈ। ਹੁਣ ਬਗਲਾ ਕਿਸੇ ਅਜਿਹੇ ਜਾਨਵਰ ਦੀ ਤਲਾਸ਼ ਸੀ ਜੋ ਉਸਨੂੰ ਕੋਈ ਤਰੀਕਾ ਦੱਸ ਸਕਦਾ ਜਿਹਦੇ ਨਾਲ ਉਸਦੇ ਸ਼ਿਕਾਰ ਕਰਨ ਦਾ ਰਾਹ ਪੱਧਰਾ ਹੋ ਜਾਂਦਾ। ਬਗਲਾ ਉੱਡ ਕੇ ਇੱਕ ਬਾਂਦਰ ਕੋਲ ਪਹੁੰਚਾ ਤੇ ਸਾਰੀ ਗੱਲ ਹੂ-ਹੂ ਦੱਸੀ। ਫਿਰ ਬਗਲਾ ਸੋਚ ਰਿਹਾ ਕਿ ਉਹਨਾਂ ਨੂੰ ਇਹ ਜਿਹਾ ਜਾਨਵਰ ਮਿਲੇ ਜਿਹੜਾ ਉਹਦੀ ਸਹਾਇਤਾ ਕਰੇ। ਫਿਰ ਉਹ ਇੱਕ ਬਾਂਦਰ ਕੋਲ ਜਾਂਦਾ, ਬਾਂਦਰ ਕੋਲ ਜਾ ਕੇ ਉਹ ਸਾਰੀ ਗੱਲ ਦੱਸਦਾ, ਠੀਕ ਹੈ। ਬਾਂਦਰ ਸਾਰੀ ਗੱਲ ਸੁਣ ਕੇ ਕੁਝ ਪਲ ਸੋਚਦਾ ਰਿਹਾ ਤੇ ਫਿਰ ਚਲਾਕ ਲੂੰਬੜੀ ਦੀ ਚਲਾਕੀ ਨਾਲ ਕਾਂ ਤੋਂ ਹੱਡੀ ਖੋਣ ਵਾਲੀ ਗੱਲ ਯਾਦ ਕਰਦਾ ਬੋਲਿਆ, ਪਹਿਲਾਂ ਇੱਕ ਕੰਮ ਕਰ, ਆ ਫਿਰ ਤੈਨੂੰ ਦੂਸਰਾ ਕੰਮ ਦੱਸਾਂਗਾ। ਫਿਰ ਕੀ ਬਾਂਦਰ ਉਹਨੂੰ ਕਹਿੰਦਾ ਕਿ ਪਹਿਲਾਂ ਤੂੰ ਇੱਕ ਕੰਮ ਕਰ, ਜਦੋਂ ਪਹਿਲਾ ਕੰਮ ਕਰਤਾ ਫਿਰ ਮੈਂ ਤੈਨੂੰ ਅਗਲਾ ਕੰਮ ਦੱਸੂਗਾ, ਫਿਰ ਤੈਨੂੰ ਦੂਸਰਾ ਕੰਮ ਦੱਸਾਂਗਾ। ਹਾਂ ਹਾਂ, ਉਹ ਕਿਹੜਾ? ਬਗਲੇ ਦੇ ਚਿਹਰੇ ਤੇ ਖੁਸ਼ੀ ਦੇ ਨਿਸ਼ਾਨ ਸਨ। ਪਹਿਲਾਂ ਜਾ ਕੇ ਤੂੰ ਤਿਲੀਅਰ ਦੇ ਸੂਹੇਪਨ ਦੀ ਸਿਫਤ ਕਰ, ਬਾਕੀ ਕੰਮ ਫਿਰ। ਇਹ ਕਹਿ ਬਾਂਦਰ ਨੇ ਬਗਲੇ ਨੂੰ ਤੋੜ ਦਿੱਤਾ। ਬਗਲਾ ਉੱਡ ਕੇ ਤਿਲੀਅਰ ਕੋਲ ਜਾ ਪਹੁੰਚਾ, ਤਿਲੀਅਰ ਤਾਰ ਨਾਲ ਆਪਣੀ ਚੁੰਝ ਰਗੜ ਰਿਹਾ ਸੀ। ਬਗਲੇ ਨੇ ਸਕੀਮ ਅਨੁਸਾਰ ਤਿਲੀਅਰ ਦੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ।
हाय दिलियर वीरा तेरी तो चुंझ बड़ी प्यारी है, तेरा रंग रब ने किन्ना अजीब काम किया है, मेनू तो बस सफेद ही रंग दिता है। फिर की है बंदर के कहन ते जेड़ा बगला है ना तिलियर को जा वड़दा है, ते वी बंदर नु कहंदा कि तू ओदे सूह पंदी है नी कि ओदे सोहणे पण दी तारीफ कर वी तू इन्ना सोहणा है, ते बगला ओवें ही करदा है बंदर दे कहन ते ओ की करदा है तिलियर को जा वड़दा है। तिलियर उस टाइम ओदी चुंझ तिखी कर रिया हुंदा है, ठीक है, ओनू कहन लग जांदा हाय तिलियर तेरी की सिफत करां, तेरी चुंझ किन्नी सोहणी है ते तेरा रंग भी किन्ना सोहणा है, रब ने मेनू तां इक मेनू तां बस सफेद यानी कि इक्को ही रंग दिता है। तिलियर अपने हुसन बारे सुन फुल गया, उधर बगले ने समझ लिया कि उसनू चलाकी उसकी चलाकी चल गई है। फिर उसने तिलियर नु खंबे दे नेड़े कर लिया ते परा विचला रंग देखने लई जिद कर दीती। तिलियर दा अगे सिफत सुन वाहवा फुल चुका सी, झट दोवें पर खुलन लगा। तिलियर अपने हुसन बारे यानी कि जो बगले ने ओदे तारीफ कीती भी तू इन्ना सोहना है, तां तिलियर की फुल गया यानी कि खुश हो गया। खुश होने तों बाद तिलियर ओदे खंभा दे यानी कि ओदे खंभा दे जिहड़ा थले वाला रंग है ओहनू देखण वास्ते भी जिद करदा है, तां ओह कहिंदा है भी तू आपदे खंभ खोल मैं तेरे थले वाला रंग भी जिहड़े खंभा दे थले रंग है ओह रंग देखना है। हाय बहुत प्यारा रंग है तेरा, होर पर खोल। बगले ने पूरी तरह सिफत कर दिती, तिलियर ने पूरे जोर नाल पर खोल दिते। फिर किसी दोवे पर आले दुआले थोड़े फासले वालियां बिजली दियां तारा नाल टकरा गए ते एक जोरदार धमाका होया। जदों बगला उन्हूं कहंदे कि तू होर खंभ खोल आपदे, ओह जदों जोर नाल आपदे पूरे खंभ खोलदे तो बिजली आला खंभा हुंदा है ते उहदे बिजली आले खंभे दियां तारां नाल की हुंदा, उहदे दोन्ने खंभ टकरा जांदे आ। जदों टकरा जांदे जदों बिजली आले खंभे दियां तारां नाल उहनूं लगदा है तां की हुंदा, इक जोरदार धमाका हुंदा, पटाका पैंदा, उस नाल की है तिलियर मर जांदा ते उहदे खंभ खिलर जांदे आ। बगला ये देख के बहुत खुश होया, हुआ उड़ के बंदर को जा पहुंचा। बंदर ने हुण बाकी दी योजना भी बगले नू समझा दिती। अगले दिन योजना अनुसार टोबे ते खड़े बगले ने कछुकमे नू वंगार दिता, ओए कछुकमा मैं की तेरे भाईचारे च वैर पाया सी, आज ओ रल के जो ओ करना कर लो। कछुकमे ने बगले दी गल सुन के बहुत गुस्सा आया, उन्हें हेठ कईयां मच्छियां नू आवाज मारी ते बोलिया, मच्छियां इस बगले नू रल के आपां सबक सिखावांगे, इन्हें आपां नू ललकारिया है। कछुकमे ने होर एहो जिया गल्लां कहियां कि छोटियां मच्छियां दा वी खून खोल पिया। फिर बंदर दी योजना अनुसार ओह दूजी योजना दसदा उहनूं बगले नूं, ठीक है, बगला जाके वगारदा मतलब उहनूं चेतावनी दिंदा, उहनूं धमकी दिंदा वी तू उस दिन मैनूं कह रिहा सीगा वी असीं तैनूं रल के ऐं कर दांगे, तूं हुण बाहर आ हुण निकल, जदों ऐं कहिंदा ते कछुकमा जाके मच्छियां नूं सुचेत करदा, कहिंदा कि ओह आपां नूं धमका रहे, आपां सारे रल के रहांगे। इस नाल छोटियां मच्छियां वी की हुंदा जोश च आ जांदियां, ठीक है। हुण हरेक मच्छी बगले नूं सबक सिखाउण लई स्कीम सोचण लगी, जदों भी कोई मच्छी स्कीम सोच लवे मैनूं दसण आ जाई। कछुकमे ने अपनी स्कीम दस दिती, बगले ने कछुकमे दी इह गल सुन ली। बगला भगतवान कंडे दे इक पासे खड़ा गया, जिहड़ी भी मच्छी कोई सोची स्कीम कछुकमे नूं दसण आउंदी तां बगला इकदम झपट मार पकड़ लैंदा ते खा जांदा। बाद चो कछुकमा की कहिंदा मच्छियां नूं कि तुसीं अड्डो अड्ड स्कीमां सोचो, ठीक है, स्कीम सोचो भी आपां नूं किवें मात देईए बगले नूं। ते जदों भी कोई मच्छी पानी दे उपर उहनूं अपनी स्कीम दसण वास्ते आउंदी तां बगला इक पासे खड़ो गया यानी कि खड़ गया, जदों भी कोई मच्छी आउंदी तां उहनूं उत्तों ही फड लैंदा ते खा जांदा, झपट्टा मार के पकड़ लैंदा ते खा जांदा। बाकी मच्छियां नूं कछुकमे ने इस बारे कुछ भी नहीं सी पता लगन दिता बगले भगत दी अज तक योजना चलदी रही ते निक्कियां मच्छियां अपनी सोच स्कीम दसण लई कछुकमे नूं लभ रहियां हन पर राज ही खत्म हो जांदियां। इन्हां आ गल बारे कछुकमा भी किसी मच्छी नूं कुछ नहीं पता लगन दिता ते जिवें भी मच्छी अपनी स्कीम दसण आउंदी उह बगला उवें ही उहनां नूं झपट्टा मार के फड़ लैंदा ते खा जांदा, ठीक है। ते अपनी सोची स्कीम दसण लई कछुकमे नूं लभ रहियां हन पर राज ही खत्म हो जांदियां हन। सो धन्नवाद ਤੁਸੀਂ ਬੋਲਿਓ।